ਵਾਲਾ ਗੋਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇਸ ਲਈ ਪਈ ਹੋਈ ਨੌਜਵਾਨ ਗੱਭਰੂ ਦੀ ਰੇ ਇੱਕ ਕਿੰਨੀ ਤੇ ਹਰਜੀਤ ਹੈ ਔਰ ਨਾਲ ਕਹਿੰਦੇ ਤੇਜੀ ਤੇ ਨਾਲ ਘੋੜਾ ਤੇ ਨਾਲ ਡੱਗੋ ਵਾਲਾ ਸ਼ਰਨਾ ਹੈ। ਹੁਣ ਵੇਖਦਾ ਵੀ ਹਰਜੀਤ ਦੀ ਪੁੱਠੀ ਜੀ ਨੂੰ ਪੈ ਜਾਵੇ ਫਿਰ ਗੱਲ ਕਸੂਤੀ ਹੋ ਜਾਂਦੀ ਹੈ ਕਿ ਦਿਲੋਂ ਮਾਰ ਕੇ ਜਾਨ ਠੜਨੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਹਿੱਸਾ ਫੜ ਕੇ ਪੁੱਠੀ ਪਾਉਣੀ ਪੈਂਦੀ ਹੈ। ਦੁਨੀਆ ਮੇਰੀ ਆਪਦੀ ਅਜੀਤ ਸਿੰਘ ਜੀ ਐਮਸੀ ਜੀ ਸਾਡੇ ਦਰਮਿਆਨ ਪਹੁੰਚੇ ਬਹੁਤ ਬਹੁਤ ਧੰਨਵਾਦ। ਖੇਡ ਦਿਖਾਉਣੀ ਪੈਂਦੀ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਬਹੁਤ ਬਹੁਤ ਧੰਨਵਾਦ ਜੀ। ਲਓ ਮੱਲ ਗੋਵਿੰਦਪੁਰੀ ਹੈ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇਹ ਵੀ ਮੁੰਡਾ ਪੰਜਾਬ ਪੁਲਿਸ ਵਿੱਚ ਭਰਤੀ ਹੈ, ਇਹਦੀ ਭੰਗੜੇ ਵੀ ਵੱਖਰੇ ਹੈ। ਆਹ ਗੋਵਿੰਦਪੁਰ ਵਾਲੇ ਮੱਲ ਇਹਦੀ ਪਈ ਹੋਈ ਰੇਡ ਦੇ ਉੱਪਰ ਇਸ ਵੇਲੇ ਨੌਜਵਾਨ ਗੱਭਰੂ ਕੋਸ਼ਿਸ਼ ਕਰ ਰਿਹਾ ਜੱਫਾ ਲਾਉਣ ਦੀ। ਕਾਲਾ ਹੈ ਮੇਰੇ ਵੀਰੋ ਕਾਲਾ ਧੌਲੇ ਵਾਲਾ, ਵਾਹ ਓਏ ਮੱਲ ਆਹ ਅੱਖਰ ਜਿਹਾ ਮਾਰਿਆ ਮੁੰਡੇ ਨੇ। ਲਓ ਜਗਪਾਲ ਆ ਗਿਆ, ਜਗਪਾਲ ਆ ਗਿਆ ਡੱਗੋ ਵਾਲਾ, ਕਹਿੰਦਾ ਵੀ ਯਾਰ ਮੋਹਰ ਨੂੰ ਹੋ ਜਾ ਇੱਥੋਂ ਸਿੱਧ ਪਿੱਛੇ ਨੂੰ ਲਿਆਵਾਂਗੇ। ਆਹ ਪਈ ਹੋਈ ਰੇਡ ਨੌਜਵਾਨ ਜਗਪਾਲ ਧੌਲੇ ਵਾਲੇ ਦੀ। ਹੁਣ ਚੌਂ ਦੇ ਵਿੱਚੋਂ ਕਿਹੜਾ ਖਿਡਾਰੀ ਕੋਸ਼ਿਸ਼ ਕਰੇਗਾ, ਇਹ ਆ ਸ਼ਰਨਾ ਮੇਰੇ ਵੀਰੋ ਕਿ ਮੱਤ ਬੜੀ ਹੈ ਮਿਲਦੀ ਸੋਨੇ ਤੇ ਸ਼ਰਨੇ ਦੀ, ਬੜੀ ਤਕਨੀਕ ਹੈ ਯਾਰੋ ਇਹਨਾਂ ਨੂੰ ਰੇਡਰ ਫੜਨੇ ਦੀ, ਮੱਤ ਬੜੀ ਹੈ ਮਿਲਦੀ ਕਹਿੰਦੇ ਸੋਨੇ ਤੇ ਸ਼ਰਨੇ ਦੀ, ਬੜੀ ਤਕਨੀਕ ਹੈ ਯਾਰੋ ਇਹਨਾਂ ਨੂੰ ਰੇਡਰ ਫੜਨੇ ਦੀ, ਬੜੀ ਤਕਨੀਕ। ਸੌਰੀ ਬਾਈ ਬਾਈ ਜੇ ਸਵਾਲ ਆਇਆ ਨਾ ਸ਼ਰਨੇ ਦੇ, ਆ ਜਫੇ ਦਾ ਤਾੜੀ ਜ਼ੋਰਦਾਰ ਮਾਰ ਕੇ ਦੱਸੋ। ਪਰ ਆ ਕਹਿੰਦੇ ਇਸੇ ਇਲਾਕੇ ਦਾ ਏ, ਇਹਦਾ ਕਹਿੰਦੇ ਗਾਂਧੀ ਵਾਲੇ ਨੋਟਾਂ ਦਾ ਗੁਨਾ ਚੱਲਦਾ, ਕੋਈ ਕੋਟਲੀ ਵਾਲਿਆ ਇਲਾਕਾ ਤੇਰਾ ਵੀ ਆਏ ਦੱਸਣਾ ਕੋਟਲੀ ਸ਼ਾਹਕੋਟ ਲਾਇਨਸ ਦੀ ਟੀਮ ਲਈ ਮੇਰੇ ਮਿੱਤਰ ਪੰਜਾਬ ਦੇ ਜਗਪਾਲ ਧੌਲੇ ਵਾਲਾ ਅਗਲੀ ਰੇਡ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਡੱਗੋ ਵਾਲਾ ਤਿਆਰ ਹੈ, ਨਾਲ ਕਹਿੰਦੇ ਨੌਜਵਾਨ ਘੋੜਾ ਹੈ ਮੇਰੇ ਵੀਰੋ, ਨਾਲ ਨੌਜਵਾਨ ਗੱਭਰੂ ਤੇਜੀ ਹੈ, ਨਾਲ ਹਰਜੀਤ ਹੈ। ਬਤਾਲ ਪਿੰਡ ਹੈ ਜ਼ਿਲ੍ਹੇ ਪਟਿਆਲੇ ਦੀ ਗੱਲ ਹੈ ਕਿ ਮਰ ਜਾਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ, ਬਾਗਾ ਬਾਰੇ ਸ਼ਹਿਰ ਪਟਿਆਲੇ ਸੀ ਉਹ ਫਰੀਦਕੋਟ ਜੀ ਨੂੰ ਸ਼ਰਨਾ ਪੈ ਗਿਆ ਨਜ਼ਾਰਾ ਵਧੀਆ ਹੋਇਆ, ਲਲਕਾਰਾ ਹਰ ਰੇਡ ਤੇ ਵਧਿਆ ਹੋਇਆ, ਹਰ ਰੇਡ ਤੇ ਵਧਿਆ ਹੋਇਆ। ਮੱਲ ਆ ਗਿਆ, ਓਏ ਮੱਲ ਦੀ ਖੇਡ ਕਿਵੇਂ ਲੱਗੀ ਓਏ, ਹਾਂ ਮੱਲ ਦੀ ਇਸ ਲਈ ਪਈ ਹੋਈ ਰੇਡ ਗੱਲ ਕਹਿੰਦੇ ਟਕਾਰੇ ਲੱਗੀ ਪਈ ਹੈ, ਇੱਕ ਕਿੰਨੀ ਜੀਤ ਹੈ। ਆਓ ਸੀਪਾ ਨੌਜਵਾਨ ਗੱਭਰੂ ਬਦਲੇ ਦੀ ਧਰਤੀ ਦਾ ਮਾਲਾ ਤੇ ਸੀਪਾ, ਮਾਲਾ ਤੇ ਸੀਪਾ, ਭੰਗੜੇ ਪੈ ਕੇ ਸਾਰਾ ਮੇਲਾ ਤੂੰ ਲੁੱਟਿਆ, ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ। ਪਰ ਆਹ ਮੁੰਡਾ ਕਹਿੰਦੇ ਉਸਤਾਦ ਪਿੰਡ ਦਾ ਏ, ਇਹ ਕਹਿੰਦੇ ਇਹਨੂੰ ਗੋਲੀ ਕਹਿੰਦੇ ਆ, ਲਵ ਹੀਰਾ ਕਹਿੰਦਾ ਹੁੰਦਾ ਜੱਟ ਦੀ ਸਰੀਕੇ ਵਿੱਚ ਹੋ ਗਏ ਲਾਗਡਾਟ ਗੋਲੀ ਚੱਲੀ ਸਮਝੋ, ਪਰ ਵੇਖਦਾ ਵੀ ਸਾਹਮਣੇ ਗੋਲੀ ਦੀ ਰੇਡ ਚੱਲਦੀ ਹੈ ਜਾਂ ਨਹੀਂ। ਆਓ ਸਾਹਮਣੇ ਨੌਜਵਾਨ ਲਾਲਪੁਰੇ ਵਾਲੇ ਦਾ ਫੈਸਲਾ ਏ, ਰੈਫਰੀ ਦਾ ਫੈਸਲਾ ਅੰਤਮ ਹੈ। ਓਏ ਬਾਈ ਜੇ ਕਾਕਾ ਨਗਲੇ ਵਾਲਾ ਕਹਿੰਦੇ ਇਸ ਇਲਾਕੇ ਦਾ ਸਿਰੇ ਦਾ ਰੇਡਰ ਹੈ, ਆਹ ਨਗਲੇ ਵਾਲੇ ਕਾਕੇ ਦੀ ਖੇਡ ਦੀਆਂ ਗੱਲਾਂ ਜੱਗ ਚੁੰਦੀਆਂ ਕਿ ਮੁੰਡਾ ਨਿੱਕੇ ਕੱਦ ਚ ਐਨ ਕਮਾਲ ਦੀਆਂ ਰੇਡਾਂ ਪਾਉਂਦਾ ਹੈ। ਨਾ ਉਹ ਨਗਲੇ ਵਾਲੇ ਕਾਕੇ ਦੀ
ਭਾਈ ਹਰੇੜ ਇੱਕ ਪਾਸੇ ਜੀਤ ਆਓ ਜੀਤ ਕੋਟਲੀ ਵਾਲਾ ਆਓ ਜੀਤ ਕੋਟਲੀ ਵਾਲਾ ਜਗਪਾਲ ਜਗਪਾਲ ਦੁਨੀਆ ਪੱਪਾ ਤੇ ਹੋ ਕੇ ਖੜ ਗਈ ਹੈ ਘਰਾਰੀ ਕਹਿੰਦੇ ਤੇ ਤਾਲ ਵਾਲਿਆਂ ਦੀ ਧੌਲੇ ਵਾਲਿਆਂ ਨਾਲ ਅੜਗੀ ਹੈ ਧੌਲਿਆਂ ਵਾਲੇ ਨਾਲ ਅੜਗੀ ਹੈ ਲਓ ਜਗਪਾਲ ਦੀ ਭਾਈ ਹਰੇੜ ਥੋੜਾ ਪਿੱਛੇ ਹੋ ਕੇ ਪਿੱਛੇ ਹਟ ਕੇ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਆਹ ਸਾਹਮਣੇ ਧੌਲੇ ਵਾਲੇ ਦੀ ਭਾਈ ਹਰੇੜ ਲਿਸ਼ਕਦੇ ਨੇ ਪਿੰਡੇ ਆਹ ਲਿਸ਼ਕਦੇ ਨੇ ਪਿੰਡੇ ਪੈਰ ਪੱਟਾਂ ਵਿੱਚ ਘੁੱਗੀ ਹੈ ਸਾਹਨਾਂ ਵਾਲੇ ਭੇਰ ਵਿੱਚ ਤਾਕਤਾਂ ਨੇ ਗੁੱਜੀ ਹੈ ਡੱਗੋ ਵਾਲਾ ਸ਼ਰਨ ਹੈ ਆਹ ਸਾਹਮਣੇ ਵਾਹ 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 ਦਰਸ਼ਕ ਵੀਰੋ ਆਇਆ ਨੀ ਯਾਰ ਐਨ ਖੁਸ਼ ਹੈ ਦੁਨੀਆ ਦੁਨੀਆ ਖੁਸ਼ ਹੈ ਮੇਲਾ ਮਾਖਾ ਤੇ ਤੋੜ ਫਤਾ ਇਹਦੀ ਟੱਕਰ ਹੋ ਰਹੀ ਹੈ ਮਾਖਾ ਤੇ ਤੋੜ ਫਤਾ ਏ ਔਰ ਕਟੂ ਤੇ ਸ਼ੇਰੋ ਲਾਓ ਕਹਿੰਦੇ ਮਾਲੇ ਦੀ ਰੇਡ ਪੈ ਰਹੀ ਹੈ ਕਿ ਪੁਸ ਭਾਲ ਦੀ ਪਤਾ ਯਾਰ ਤੇਰੇ ਪੈਲੀ ਰਾਏ ਲਾਓ ਸਾਹਮਣੇ ਗੁਰਨਾਇਕ ਸਿੰਘ ਦਾ ਪੁੱਤਰ ਆਏ ਔਰ ਇੱਕ ਕੰਨੀ ਤੇ ਕਹਿੰਦੇ ਕੱਤਰ ਸਿੰਘ ਦਾ ਪੁੱਤਰ ਕੋਟਲੀ ਵਾਲੇ ਨੇ ਕਹਿੰਦੇ ਵੱਡੇ ਵੱਡਾ ਨੂੰ ਬਖਤ ਪਾਇਆ ਹੈ ਆ ਕਾਲਾ ਤੇ ਮਾਲਾ ਮਾਲਾ ਬੇ ਕਾਲਾ ਹੋ ਕੋਟਲੀ ਵਾਲੇ ਜੀਤੇ ਲਈ 100 ਰੁਪਏ ਉਧਰ ਗੋਲੀ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਐਨ ਪਈ ਹੋਈ ਕੇ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਆਹ ਵੇਖਣਾ ਵੀ ਘੋੜੇ ਨਾਲ ਟੱਕਰ ਹੋ ਗਈ ਹੈ ਇੱਕ ਭਾਈ ਰੂਪੇ ਵਾਲਾ ਤਗੜੀ ਕਬੱਡੀ ਖੇਡਿਆ ਆਹ ਵਾਜਦਿਆਂ ਧੌਲਾ ਉਖੜਦੇ ਪੈਰ ਬੱਲੇ ਬੱਲੇ ਕਬੱਡੀ 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 ਸਿਰਾ ਹੋਣ ਲੱਗਿਆ ਅੱਜ ਦੇ ਮੇਲੇ ਦੇ ਮੁੱਲ ਪੈਣ ਵਾਲੀ ਗੱਲ ਹੋ ਗਈ ਹੈ ਉਹ ਸਾਹਮਣੇ ਜਗਪਾਲ ਕਬੱਡੀ ਪਾ ਰਿਹਾ ਨੰਬਰ ਅੱਧੇ ਦਾ ਫਰਕ ਹੈ ਨੰਬਰ ਅੱਧੇ ਦਾ ਫਰਕ ਹੈ ਸਿਰਾ ਹੋਇਆ ਪੈ ਸਿਰਾ ਹੋਇਆ ਪੈ ਨੰਬਰ ਕਹਿੰਦੇ ਅੱਧੇ ਦਾ ਫਰਕ ਹੈ ਓਏ ਦਤਾਲ ਵਾਲੇ ਜਾਂ ਤਾਂ ਫਿਰ ਕਹਿ ਦੋ ਸ਼ਰਦੇ ਨੂੰ ਵੀ ਪਾਣੀ ਸਿਰਾ ਤੋਂ ਲੱਗਦਾ ਲੱਗਦਾ ਹੈ ਇਹਨੂੰ ਜੱਫਾ ਲਾਉਣਾ ਪੈਣਾ ਹੈ ਇਹਦੇ ਲਈ ਕੋਈ ਸਕੀਮ ਲਾਉਣੀ ਪੈਣੀ ਹੈ ਮੇਰੇ ਮਿੱਤਰੋ ਲਓ ਧਾਤੀ ਕਹਿੰਦੇ ਲੇੜਾ ਵਾਲੀ ਪਿੰਡ ਦੀ ਟੂਣ ਟੂੰਡੀ ਹੋਈ ਹੈ ਮਾਲਾ ਚੱਲਿਆ ਰੇਡ ਤੇ ਜੀਤ ਨੇ ਖਿੱਚ ਲਈ ਹੈ ਤਿਆਰੀ ਆਹ ਚਾਰੇ ਜਾਫੀਆਂ ਨੇ ਤਿਆਰੀ ਖਿੱਚੀ ਹੋਈ ਹੈ ਮੈਚ ਸਿਰੇ ਦਾ ਲੈ ਵੀ ਗੁਲਾਬ ਪੁਰਸੀ ਹੈ ਦੇਖ ਨੀ ਆ ਰਿਹਾ ਕਬੱਡੀ ਦਾ ਆਹ ਸਾਹਮਣੇ ਪਈ ਹੋਈ ਨੌਜਵਾਨ ਗੱਲੋਂ ਦੀ ਰੇਡ ਤੇ ਚੌ ਜਾਫੀਆਂ ਵਿੱਚੋਂ ਇਸ ਵੇਲੇ ਕੋਟਲੀ ਵਾਲਾ ਤੇ ਕਹਿੰਦੇ ਆ ਜਾ ਬੈਠੋ ਨਾ ਸਵਾਦ ਆਊ ਜਿਹੜੀ ਢਾ ਕੇ ਹਿੱਕ ਤੇ ਬੈਠੋ ਜਿਹੜੀਆਂ ਕਲੱਚ ਪਲੇਟਾਂ ਪਾ ਕੇ ਤੋਰੋ ਨਾ ਸਵਾਦ ਫੇਰ ਆਊ ਜਿਹੜੀਆਂ ਕਲੱਚ ਪਲੇਟਾਂ ਪਾ ਕੇ ਤੋਰੋ ਮੈਂ ਵੀ ਸ਼ਰਨਿਆ ਹਰਜੀਤ ਹਰਜੀਤ ਤੇ ਪਰ ਜਗਪਾਲ ਧੌਲੇ ਦਾ ਦਤਾਲ ਵਾਲਾ ਪਿੰਡੋ ਆ ਗਿਆ ਮੇਰੇ ਵੀਰੋ ਇਹਦਾ ਐਕਸ਼ਨ ਥੋੜਾ ਵੱਖਰਾ ਹੈ ਇਹ ਪੱਟਾ ਨੇ ਦਰਸ਼ਨ ਕਰਾਉਂਦਾ ਹੈ ਆਹ ਸਾਹਮਣੇ ਕੱਛਾ ਥੋੜਾ ਤਾਂ ਨੂੰ ਟੰਗਿਆ ਵੱਡਾ ਯੂਰਪ ਵੀ ਬੈਸਟ ਆਇਆ ਆਹ ਪੰਜਾਬ ਦੇ ਵੱਡੇ ਵੱਡੇ ਮੇਲਿਆਂ ਤੇ ਮੋਟਰਸਾਈਕਲ ਜਿੱਤੇ ਹੈ ਆਹ ਕਾਲੇ ਧੌਲੇ ਵਾਲੇ ਦਾ ਪੀਰੂ ਦਾ ਪੇਂਡੂ ਨੌਜਵਾਨ ਧੌਲੇ ਵਾਲੇ ਦਾ ਕੋਸ਼ਿਸ਼ ਕਰ ਰਿਹਾ ਅਗਲੀ ਰੇਡ ਪਾਉਣ ਦੇ ਲਈ ਲੈ
ਐਵੀ ਸ਼ਰਨਾ ਕਹਿੰਦਾ ਵੀ ਆ ਜਾ ਮੁੰਡੇ ਅਗਲੀ ਕਿਹੋ ਖਿਡਾਰੀ ਕੋਲ ਪੈਸੇ ਖਰੀਦਣੇ ਛੋਲੇ ਤੇ ਬਦਾਮ ਚਾਹੀਦੇ ਖੇਡ ਮੇਲਿਆਂ ਤੋਂ ਜਿੱਤ ਆਸ਼ਕੀ ਚ ਕਦੇ ਨੀ ਇਨਾਮ ਉਡਾਈ ਦੇ ਖੇਡ ਮੇਲਿਆਂ ਤੋਂ ਜਿੱਤ ਆਸ਼ਕੀ ਚ ਕਦੇ ਨੀ ਇਨਾਮ ਉਡਾਈ ਦੇ ਲੋਪੋ ਵਾਲੇ ਦੀਆਂ ਖਰੀਆਂ ਤੇ ਕੌੜੀਆਂ ਕਿਸੇ ਨੂੰ ਯਾਦ ਮਾਉਂਦੀਆਂ ਦੌਲਤਾਂ ਸ਼ਾਹਤਾਂ ਬੰਦੇ ਕੋਲ ਟਿਕਣ ਲਈ ਨਰਮੀ ਸਹਿਣਸ਼ੀਲਤਾ ਤੇ ਦਿਮਾਗ ਚਾਹੁੰਦੀਆਂ ਦੌਲਤਾਂ ਸ਼ੌਹਰਤਾਂ ਬੰਦੇ ਕੋਲ ਟਿਕਣ ਲਈ ਨਰਮੀ ਸਹਿਣਸ਼ੀਲਤਾ ਦਿਮਾਗ ਚਾਹੁੰਦੀਆਂ ਬੜੀ ਪਿਉਂਦਾ ਯਾਰੋ ਇਹਨਾਂ ਨੂੰ ਰੇਡਰ ਫੜਨੇ ਦੀ ਹੱਥ ਲਾ ਕੇ ਇਹਨਾਂ ਨੂੰ ਰੇਡਰ ਸੁਖਾਲਾ ਨਾ ਆਉਂਦਾ ਏ ਜੱਫਾ ਸੋਨੇ ਤੇ ਸ਼ਰਨੇ ਦਾ ਪੂਰਾ ਲਲਕਾਰਾ ਮਰਾਉਂਦਾ ਏ ਪੂਰਾ ਲਲਕਾਰਾ ਮਰਾਉਂਦਾ ਏ ਬਾਕੀ ਕਹਿੰਦੇ ਲੋਪੋ ਵਾਲਾ ਵੀ ਗੱਲ ਟਿਕਾਣੇ ਲਾਈ ਤੁਰਿਆ ਆਉਂਦਾ ਲਓ ਸਾਹਮਣੇ ਕਾਕੇ ਦੀ ਰੇਡ ਪੈ ਰਹੀ ਹੈ ਓਏ ਕਾਕਿਆ ਕੋਟਲੀ ਵਾਲੇ ਤੋਂ ਬਚੀ ਕੋਟਲੀ ਵਾਲੇ ਤੋਂ ਬਚੀ ਆਓ ਸੀਪਾ ਆਓ ਸੀਪਾ ਪੈ ਗਿਆ ਗੁਰਮਾ ਵਾਲਾ ਨੰਬਰ ਕੀ ਦਾ ਜੀ ਨੰਬਰ ਕਾਕੇ ਦਾ ਦੁਨੀਆ ਕਹਿੰਦੇ ਨਾ ਚੁੱਠੀਆਂ ਉਹ ਦਰਸ਼ਕ ਵੀ ਕਹਿੰਦਾ ਘਰੇ ਜਾ ਕੇ ਨਾ ਚੁੱਲ੍ਹੇ ਚ ਲੱਤ ਮਾਰੀ ਤੇ ਨੱਚਣਾ ਤੇ ਹੁਣ ਨੱਚ ਲੈ ਆਓ ਸਾਹਮਣੇ ਅਗਲੀ ਰੇਡ ਨੌਜਵਾਨ ਗੱਭਰੂ ਨੇ ਪਾ ਦਿੱਤੀ ਹੈ ਮੈਨੂੰ ਲੱਗਦਾ ਵੀ ਮੈਚ ਫਿਰ ਬਰਾਬਰੀ ਤੇ ਹੈ ਆਓ ਸਾਹਮਣੇ ਲੈ ਵੀ ਕਾਲਿਆ ਕਿਹਨੂੰ ਕਬੱਡੀ ਪਾਉਣ ਭੇਜਿਆ ਦੱਸੀ ਇਸ ਚੋਬਰ ਦਾ ਕੌਰਾ ਕੌਰਾ ਆ ਗਿਆ ਕਹਿੰਦੇ ਕਬੱਡੀ ਪੱਸੀਆਂ ਵਾਲਾ ਕੌਰਾ ਵੀ ਤਗੜਾ ਖੇਡਿਆ ਕਿਹਦਾ ਅੜਬ ਸੁਆ ਮਾਰੇ ਪੁੱਠੇ ਸਿੱਧੇ ਦਾ ਕਾਮੇ ਦਾ ਧਾਵੀਆਂ ਨੂੰ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਐਨ ਕਹਿੰਦੇ ਟਿਕਾਣੇ ਲਾ ਦਿੱਤੀ ਆ ਗੱਲ ਲਓ ਸਾਹਮਣੇ ਪਿੰਡੂ ਦੀ ਕਹਿੰਦੇ ਰੇਡ ਪੈ ਰਹੀ ਹੈ ਕੋਈ ਕੋਟਲੀ ਵਾਲਾ ਸਾਰਾ ਇਲਾਕਾ ਹੈ ਦੱਸਣਾ ਪੈਣਾ ਵੀ ਆਹ ਇਲਾਕਾ ਸ਼ੇਰਾਂ ਦਾ ਏ ਆਹ ਇਲਾਕਾ ਸ਼ੇਰਾਂ ਦਾ ਕਾਲਾ ਤੇ ਪਿੰਡੂ ਮੈਚ ਐਨ ਫਸਮ ਹੈ ਪਿੰਡੂ ਐਨ ਦੁਨੀਆਂ ਨੇ ਕਹਿੰਦੇ ਸਵਾਦ ਲੈ ਲਿਆ ਆਹ ਮੈਚ ਦੇ ਇੱਕ ਰੇਡ ਦਾ ਲਓ ਫਿਰ ਜਗਪਾਲ ਧੌਲੇ ਵਾਲਾ ਹੈ ਇਸ ਲਈ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਹੁਣ ਵੇਖਣਾ ਵੀ ਬਟਾਲ ਦੀ ਟੀਮ ਦਾ ਕਿਹੜਾ ਖਿਡਾਰੀ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਲਓ ਪਈ ਹੁਣ ਰੇਡ ਇੱਕ ਪਾਸੇ ਸ਼ਰਨ ਹੈ ਕਿਤੇ 855 ਜਿੱਤਦਾ ਕਿਤੇ ਕਹਿੰਦੇ ਮੁੰਡਾ ਐਨ ਦੁਨੀਆਂ ਦੇ ਚੋਟੀ ਦੇ ਜਾਫੀਆਂ ਵਿੱਚ ਨਾਂ ਦਰਜ ਕਰਾਉਂਦਾ ਲਵੀ ਲੋਪ